ਥਾਣਾ ਭਿੱਖੀਵਿੰਡ ਦੀ ਪੁਲਿਸ ਨੇ 3 ਨੌਜਵਾਨਾਂ ਨੂੰ 700 ਨਸ਼ੀਲੇ ਕੈਪਸੂਲ ਅਤੇ 500 ਨਸ਼ੀਲੀਆਂ ਗੋਲੀਆਂ ਦੇ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਤਰਨ ਤਾਰਨ ਦੇ SSP ਦਰਸ਼ਨ ਸਿੰਘ ਮਾਨ ਤੇ ਸਬ ਡਿਵੀਜ਼ਨ ਭਿੱਖੀਵਿੰਡ ਦੇ DSP ਸੁਲੱਖਣ ਸਿੰਘ ਮਾਨ ਦੀਆਂ ਹਦਾਇਤਾਂ ਤੇ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ SI ਸੁਰਿੰਦਰ ਸਿੰਘ, ਚੌਂਕੀ ਇੰਚਾਰਜ ਗੁਰਸਿੰਘ ਸਮੇਤ ਪੁਲਿਸ ਪਾਰਟੀ ਪੁਲਿਸ ਸੂਆ ਸੁਰ ਸਿੰਘ ਤੋਂ ਗਸ਼ਤ ਦੌਰਾਨ ਨਾਕਾਬੰਦੀ ਕਰ ਰਹੇ ਸਨ। 3 ਵਿਅਕਤੀ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੇ ਤੌਰ ਤੇ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਸੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਧੁੰਨ, ਗੁਰਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਸੁਰ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸੁਰ ਸਿੰਘ, ਜਿਨ੍ਹਾਂ ਪਾਸੋਂ ਤਲਾਸ਼ੀ ਲੈਣ ਤੇ 700 ਨਸ਼ੀਲੇ ਕੈਪਸੂਲ ਅਤੇ 500 ਨਸ਼ੀਲੀਆਂ ਗੋਲੀਆਂ ਸਮੇਤ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 112, ਜੁਰਮ ਐਕਟ 2229, 6185, NDPC ਐਕਟ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਚੌਂਕੀ ਇੰਚਾਰਜ ਸੁਰ ਸਿੰਘ ਨੇ ਨਾਕਾ ਲਾਇਆ ਸੀਗਾ, ਇਸ ਦੌਰਾਨ 3 ਮੋਟਰਸਾਈਕਲ ਤੇ ਜਿਹੜੇ ਨੌਜਵਾਨ ਉਹ ਜਿਹਨਾਂ ਨੂੰ ਰੌਲਾ ਕੀਤਾ ਭੱਜਣ ਗਿਆ, ਜਿਹਨਾਂ ਵਿੱਚੋਂ ਸੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਧੁੰਨ, ਗੁਰਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਤੇ ਸੁਖਦੇਵ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸੁਰ ਸਿੰਘ, ਇਹ 3 ਆ ਰਹੇ ਸੀਗੇ। ਇਹਨਾਂ ਦੇ ਜਦੋਂ ਇਹਨਾਂ ਨੂੰ ਚੈਕਿੰਗ ਲਈ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਜਵਾਨਾਂ ਦੀ ਮਦਦ ਦੇ ਨਾਲ ਕਾਬੂ ਕਰਕੇ ਇਹਨਾਂ ਪਾਸੋਂ 700 ਨਸ਼ੀਲੇ ਕੈਪਸੂਲ ਤੇ 500 ਜਿਹੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਹਨਾਂ ਵਿੱਚੋਂ ਜਿਹੜਾ ਸੁਰਜੀਤ ਸਿੰਘ ਹੈ ਪਿੰਡ ਧੁੰਨ ਦਾ, ਇਹਦੇ ਖਿਲਾਫ਼ ਜਿਹੜੇ ਪਹਿਲੇ ਹੋਰ ਵੀ 307, 10 ਗ੍ਰਾਮ ਹੈਰਨ, 100 ਗ੍ਰਾਮ ਨਸ਼ੀਲਾ ਪਾਊਡਰ 2014 ਤੋਂ 2015 ਦੇ ਵਿੱਚ ਮੁਕੱਦਮੇ ਦਰਜ ਹੈ। ਇਹ ਜਿਹੜਾ ਨਸ਼ਾ ਵੇਚਣ ਦਾ ਇਹ ਐਕਚੁਅਲ ਹੈ, ਦੌਰਾਨੇ ਪੁੱਛਗਿੱਛ ਇਹਨਾਂ ਨੇ ਹੈਰਨ ਵੇਚਣ ਦਾ ਵੀ ਕੰਮ ਕਰਦੇ ਆ, ਪਰ ਹੁਣ ਜੀ ਨਸ਼ੀਲੀ ਗੋਲੀਆਂ ਲੈ ਕੇ ਆਏ ਸੀ, ਕੈਪਸੂਲ ਲੈ ਕੇ ਆਏ, ਇਹ ਵੇਚਦੇ ਆ। ਇਹਨੇ ਤਫਤੀਸ਼ ਕੀਤੀ ਜਾ ਰਹੀ ਹੈ, ਇਹਨਾਂ ਨੂੰ ਪੇਸ਼ ਤਾਂ ਵੀ ਇਹਨਾਂ ਰਿਮਾਂਡ ਲਿਆ ਜਾਊਗਾ ਇਹਨਾਂ, ਉਸ ਤੋਂ ਬਾਅਦ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਕਿ ਕਿੱਥੋਂ ਲੈ ਕੇ ਆਉਂਦੇ ਤੇ ਪਹਿਲਾਂ ਇਹ ਕਿਹੜੇ ਕਿਹੜੇ ਸਮਾਨ ਦਾ ਇਹਨਾਂ ਦਾ ਰਾਬਤਾ ਹੈ। ਭਿੱਖੀਵਿੰਡ ਤੋਂ ਹਰਮਨ ਬੁੱਟਰ, ਦਿਵਿਆ ਪੰਜਾਬ TV।